ਦਿੱਲੀ ਦੇ ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ ਪਏ ਨੇ। ਪਾਣੀ ਦੇ ਟੈਂਕਰ ਦੇਖ ਲੋਕ ਉਸ ਵੱਲ ਦੌੜਦੇ ਨੇ ਬਾਲਟੀਆਂ ਅਤੇ ਪਾਈਪ ਲੈ ਕੇ, ਪਰ ਜਦੋਂ ਇਹ ਟੈਂਕਰ ਲੰਘ ਜਾਂਦਾ ਤਾਂ ਬਹੁਤੇ ਲੋਕਾਂ ਨੂੰ ਇਹ ਪਾਣੀ ਵੀ ਸਾਰਾ ਦਿਨ ਨਸੀਬ ਨਹੀਂ ਹੁੰਦਾ। ਤਾਂ ਸੁਪਰੀਮ ਕੋਰਟ ਨੇ ਹਿਮਾਚਲ ਪ੍ਰਦੇਸ਼ ਨੂੰ ਆਪਣਾ ਵਾਧੂ ਪਾਣੀ ਦਿੱਲੀ ਨੂੰ ਉਪਲਬਧ ਕਰਵਾਉਣ ਦੇ ਲਈ ਕਿਹਾ ਹੈ ਅਤੇ ਹਰਿਆਣਾ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਹਿਮਾਚਲ ਪ੍ਰਦੇਸ਼ ਵੱਲੋਂ ਸਪਲਾਈ ਕੀਤਾ ਜਾਣ ਵਾਲਾ ਵਾਧੂ ਪਾਣੀ ਦਿੱਲੀ ਨੂੰ ਬਿਨਾਂ ਕਿਸੇ ਅੜਚਨ ਦੇ ਛੱਡਿਆ ਜਾਵੇ। ਅਦਾਲਤ ਨੇ ਹਿਮਾਚਲ ਨੂੰ ਹਰ ਰੋਜ਼ 137 ਕਿਊਸਕ ਪਾਣੀ ਛੱਡਣ ਦੇ ਹੁਕਮ ਦਿੱਤੇ ਨੇ। ਹਾਲਾਤ ਇਹ ਬਣ ਗਏ ਨੇ ਕਿ ਪਾਣੀ ਦਾ ਟੈਂਕਰ ਦੇਖਦੇ ਸਾਰ ਦਿੱਲੀ ਦੇ ਲੋਕ ਬਾਲਟੀਆਂ ਅਤੇ ਪਾਈਪ ਲੈ ਕੇ ਉਸ ਵੱਲ ਦੌੜਨ ਲੱਗ ਜਾਂਦੇ ਨੇ। ਜੇਕਰ ਟੈਂਕਰ ਦੇ ਵਿੱਚੋਂ ਪਾਣੀ ਨਹੀਂ ਮਿਲਦਾ ਤਾਂ ਮੁੜ ਕੇ ਸਾਰਾ ਦਿਨ ਉਹਨਾਂ ਨੂੰ ਪਾਣੀ ਨਸੀਬ ਨਹੀਂ ਹੁੰਦਾ। ਪਾਣੀ ਦੀ ਮੰਗ ਲਗਾਤਾਰ ਦਿੱਲੀ ਦੇ ਵਿੱਚ ਵੱਧ ਰਹੀ ਹੈ। ਦਿੱਲੀ ਦੇ ਵਿੱਚ ਵੱਧ ਰਹੀ ਆਬਾਦੀ ਜਲ ਸੰਕਟ ਨੂੰ ਲੈ ਕੇ ਆਈ ਹੈ ਹਰ ਵਾਰ, ਪਰ ਇਸ ਵਾਰ ਕੁਝ ਜ਼ਿਆਦਾ। ਦਿੱਲੀ ਪਿਆਸੀ ਰਹਿ ਜਾਂਦੀ ਹੈ। ਦਿੱਲੀ ਦਾ ਆਪਣਾ ਕੋਈ ਜਲ ਸਰੋਤ ਨਹੀਂ ਹੈ, ਉਸ ਨੂੰ ਪਾਣੀ ਦੇ ਲਈ ਯੂਪੀ ਹਰਿਆਣਾ 'ਤੇ ਨਿਰਭਰ ਹੋਣਾ ਪੈਂਦਾ। ਹਾਲਾਂਕਿ ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਦਿੱਲੀ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਯਮੁਨਾ ਦੇ ਪਾਣੀ ਨਾਲ ਚੱਲਦੇ ਨੇ ਅਤੇ ਹਰਿਆਣਾ ਨੇ ਯਮੁਨਾ ਦੇ ਵਿੱਚ ਪਾਣੀ ਨਹੀਂ ਛੱਡਿਆ। ਹਾਲਾਂਕਿ ਜਲ ਸਰੋਤ ਵੱਲੋਂ ਪਾਣੀ ਦੇ ਟੈਂਕਰਾਂ ਦਾ ਪ੍ਰਬੰਧ ਕੀਤਾ ਗਿਆ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਦਿੱਲੀ ਆ ਜਿਹੜੀ ਉਹ ਪਿਆਸੀ ਰਹਿ ਜਾਂਦੀ ਹੈ। ਜਿੰਨਾ ਪਾਣੀ ਉਹਨਾਂ ਨੂੰ ਪੀਣਾ ਚਾਹੀਦਾ ਜਾਂ ਹੋਰ ਕੰਮਾਂ ਦੇ ਲਈ ਵਰਤਣਾ ਚਾਹੀਦਾ ਉਹ ਨਹੀਂ ਮਿਲ ਰਿਹਾ। ਤਾਂ ਦੱਸ ਦਈਏ ਕਿ ਟੈਂਕਰ ਨੇ ਜਿਹੜੇ ਉਹ ਜ਼ਰੂਰ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਨੇ, ਪਰ ਜੋ ਉਹ ਪਾਣੀ ਖੁੰਝ ਜਾਂਦਾ ਮੁੜ ਕੇ ਸਾਰਾ ਦਿਨ ਪਾਣੀ ਲੋਕਾਂ ਨੂੰ ਨਸੀਬ ਨਹੀਂ ਹੁੰਦਾ। ਤਾਂ ਇੰਨੇ ਦਿਨੀ ਰਾਜਧਾਨੀ ਦਿੱਲੀ ਪਾਣੀ ਦੇ ਸੰਕਟ ਨਾਲ ਪੂਰੀ ਤਰ੍ਹਾਂ ਜੂਝ ਰਹੀ ਹੈ। ਬੂੰਦ ਬੂੰਦ ਨੂੰ ਲੋਕ ਤਰਸੇ ਪਏ ਨੇ। ਸੁਪਰੀਮ ਕੋਰਟ ਦੇ ਵੱਲੋਂ ਹਿਮਾਚਲ ਨੂੰ ਆਦੇਸ਼ ਦਿੱਤੇ ਗਏ ਨੇ ਕਿ ਰੋਜ਼ 137 ਕਿਊਸਕ ਪਾਣੀ ਬਿਨਾਂ ਕਿਸੇ ਰੁਕਾਵਟ ਤੋਂ ਛੱਡਿਆ ਜਾਵੇ। ਤਾਂ ਹਾਲਾਤ ਇਹ ਬਣ ਗਏ ਨੇ ਕਿ ਪਾਣੀ ਦਾ ਟੈਂਕਰ ਦੇਖ ਕੇ ਲੋਕ ਦਿੱਲੀ ਦੇ ਉਸ ਵੱਲ ਦੌੜਦੇ ਨੇ, ਔਰ ਜੇਕਰ ਉਹਨਾਂ ਨੂੰ ਪਾਣੀ ਇੰਨੀ ਭੀੜ ਦੇ ਬਾਵਜੂਦ ਨਹੀਂ ਮਿਲਦਾ ਤਾਂ ਸਾਰਾ ਦਿਨ ਪਿਆਸਾ ਰਹਿਣ ਦੇ ਲਈ ਮਜਬੂਰ ਹੋ ਜਾਂਦੇ ਨੇ। ਤਾਂ ਫੁੱਟਪਾਥ 'ਤੇ ਲੰਮੀਆਂ ਲੰਮੀਆਂ ਕਤਾਰਾਂ ਨਜ਼ਰ ਆਉਂਦੀਆਂ ਨੇ। ਜਿਉਂ ਹੀ ਟੈਂਕਰ ਨਜ਼ਰ ਆਉਂਦਾ ਤਾਂ ਲੋਕ ਉਸ ਵੱਲ ਭੱਜ ਲੈਂਦੇ ਨੇ। ਤਾਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਤ੍ਰਾਸਦੀ ਦੀਆਂ ਨੇ, ਦਿੱਲੀ ਦੀਆਂ ਕੀ ਹਾਲਾਤ ਬਣੇ ਹੋਏ ਨੇ। ਪਾਣੀ ਦੀ ਕਿੱਲਤ ਇਸ ਵੇਲੇ ਸਿਖਰ 'ਤੇ ਹੈ, ਵੱਧ ਰਹੀ ਆਬਾਦੀ ਜਿਸ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ। ਹਾਲਾਂਕਿ ਦਿੱਲੀ ਦੇ ਕੋਲ ਪਾਣੀ ਦਾ ਆਪਣਾ ਕੋਈ ਸਰੋਤ ਨਹੀਂ ਹੈ, ਉਸ ਨੂੰ ਪਾਣੀ ਦੇ ਲਈ ਯੂਪੀ ਅਤੇ ਹਰਿਆਣਾ 'ਤੇ ਨਿਰਭਰ ਹੋਣਾ ਪੈਂਦਾ। ਹਾਲਾਂਕਿ ਦਿੱਲੀ ਸਰਕਾਰ ਨੇ ਕਿਹਾ ਕਿ ਦਿੱਲੀ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਯਮੁਨਾ ਦੇ ਪਾਣੀ ਨਾਲ ਚੱਲਦੇ ਨੇ, ਪਰ ਹਰਿਆਣਾ ਨੇ ਯਮੁਨਾ ਦੇ ਵਿੱਚ ਪਾਣੀ ਨਹੀਂ ਛੱਡਿਆ। ਤਾਂ ਉੱਧਰ ਸੁਪਰੀਮ ਕੋਰਟ ਨੇ ਹਿਮਾਚਲ ਨੂੰ ਆਪਣਾ ਵਾਧੂ ਪਾਣੀ ਦਿੱਲੀ ਨੂੰ ਦੇਣ ਦੀ ਗੱਲ ਕਹੀ ਹੈ। ਹਰਿਆਣਾ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਹਿਮਾਚਲ ਪ੍ਰਦੇਸ਼ ਵੱਲੋਂ ਸਪਲਾਈ ਕੀਤਾ ਜਾਣ ਵਾਲਾ ਵਾਧੂ ਪਾਣੀ ਦਿੱਲੀ ਨੂੰ ਬਿਨਾਂ ਕਿਸੇ ਸ਼ਰਤ ਦੇ ਛੱਡਿਆ ਜਾਵੇ। ਹਰ ਰੋਜ਼ 137 ਕਿਊਸਕ ਪਾਣੀ ਵਾਧੂ ਦਿੱਲੀ ਨੂੰ ਦਿੱਤਾ ਜਾਵੇ। ਤਾਂ ਦੱਸ ਦਈਏ ਕਿ ਤਾਂ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਕਿਸ ਤਰੀਕੇ ਦੇ ਨਾਲ ਦਿੱਲੀ ਦੇ ਲੋਕ ਪਾਣੀ ਦੇ ਸੰਕਟ ਨਾਲ ਜੂਝ ਰਹੇ ਨੇ। ਟੈਂਕਰ ਨਜ਼ਰ ਹੀ ਪੈਂਦੇ ਹੀ ਉਸ ਵੱਲ ਬਾਲਟੀਆਂ ਅਤੇ ਪਾਈਪ ਲੈ ਕੇ ਦੌੜਦੇ ਨੇ, ਔਰ ਲੰਮੀਆਂ ਲੰਮੀਆਂ ਕਤਾਰਾਂ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ। ਤਾਂ ਪਾਣੀ ਦੀ ਮਾਰੋ ਮਾਰ ਆ ਜਿਹੜੀ ਇਸ ਵੇਲੇ ਦਿੱਲੀ ਦੇ ਵਿੱਚ ਚੱਲ ਰਹੀ ਹੈ। ਦੇਖੋ ਕਿਵੇਂ